जी दोस्तों सत श्रीकाल की हाल है मेरे सारे वीरां दा। जिवें कि तुहानू पता ही आप ट्रैक्टरां ते ट्रकां ते जेसीबीआं ते एसी दा काम करदे आ। हुण आपां नाल कंबाइन भी शुरू करांगे, तुहानू उस तों बाद दस्सांगे कंबाइन दा की प्रोसैस आ। हुण आपां लाया ट्रैक्टर आयशर दा 650 ते 60 एचपी दा ट्रैक्टर है। आपां झारखंड च फिटिंग कीती इस दे एसी दी, बाकी मैं तुहानू दिखाउण आ जाऊं सर। ਤੇ ਸਾਰਾ ਅੰਦਰੋਂ ਉੱਪਰਲਾ ਇੰਟੀਰੀਅਰ ਇਸ ਦਾ ਕਰੀਮ ਹੋ ਗਿਆ, ਨੀਚੇ ਵਾਲਾ ਬਲੈਕ ਤੇ ਸਿਲਵਰ ਹੈ ਕਿਉਂਕਿ ਕਲਰ ਸਿਲਵਰ ਸੀ, ਇਸ ਕਰਕੇ ਆਪਾਂ ਸਿਲਵਰ ਕਰਤਾ। ਇਸ 'ਚ 6 ਏਅਰ ਵੈਂਟ ਨੇਗੇ। ਰੋਟੀ ਇਸ 'ਚ 6 ਏਅਰ ਵੈਂਟ ਲੱਗੇ ਨੇ। ਮੰਨ ਲਓ ਆ ਏ ਸੀ ਦੀ ਸਵਿੱਚ ਹੋ ਗਈ, ਆ ਵਾਈਪਰ ਦੀ ਸਵਿੱਚ ਹੈ, ਇੱਕ ਸਵਿੱਚ ਸਪੇਅਰ ਲੱਗੀ ਹੈ ਇਸ 'ਚ, ਵੀ ਬੰਦੇ ਨੇ ਕੁਝ ਐਕਸਟਰਾ ਲਗਾਉਣਾ। ਇਹ 2 LED ਲਾਈਟਾਂ ਨੇਗੀਆਂ, ਹੈ ਨਾ। ਉਹ ਪੈਨ ਡਰਾਈਵ ਵਾਲਾ ਸਿਸਟਮ ਹੈ, ਉਹ ਆਪਾਂ ਪੈਨ ਡਰਾਈਵ ਦਾ ਸਿਸਟਮ ਦਿੰਦੇ ਹਾਂ ਇਸ 'ਚ ਲਾ ਕੇ। ਬਾਕੀ ਕਸਟਮਰ ਦੀ ਚੋਇਸ ਹੈ, ਜਿੰਨਾ ਮਰਜ਼ੀ ਮਹਿੰਗਾ ਲਗਵਾ ਸਕਦਾ, ਉਹ ਕਸਟਮਰ ਦੀ ਇੱਛਾ ਹੈ। ਸਪੀਕਰ ਨੇ, ਇਹ ਸਿਸਟਮ ਸਾਰਾ ਸਸਤਾ ਹੀ ਹੁੰਦਾ ਕਿਉਂਕਿ ਕਸਟਮਰ ਦੀ ਚੋਇਸ ਹੈ, ਜਿੰਨਾ ਮਰਜ਼ੀ ਮਹਿੰਗਾ ਲਗਵਾ ਸਕਦਾ ਉਨਾ ਮਹਿੰਗਾ ਲਾ ਦਾਂਗੇ। ਇਹ ਡਿੱਗੀ 'ਤੇ ਇੱਦਾਂ ਸ਼ੋਕਰ ਲੱਗੇ ਨੇ। ਜੇ ਵੀਡੀਓ ਤੁਸੀਂ ਯੂਟਿਊਬ 'ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ, ਬੈੱਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਨਵੀਆਂ ਵੀਡੀਓ ਅਸੀਂ ਦੇ ਸਕੀਏ। ਆਪਾਂ ਜਲਦੀ ਕੰਬਾਈਨ ਏਸੀ ਦੀ ਵੀਡੀਓ ਲੈ ਕੇ ਆ ਰਹੇ ਹਾਂ, ਕੰਬਾਈਨ ਨੂੰ ਏਸੀ ਕਰਾਂਗੇ ਅਤੇ ਉਹ ਵੀਡੀਓ ਤੁਹਾਨੂੰ ਫੁੱਲ ਡਿਟੇਲ 'ਚ ਟਰੈਕਟਰ ਵਾਂਗੂ ਹੀ ਦੇਵਾਂਗੇ। ਕਿਸੇ ਤਰ੍ਹਾਂ ਦੀ ਵੀ ਟਰੈਕਟਰ ਕੰਬਾਈਨ ਏਸੀ, ਮੈਂ ਦੁਬਾਰਾ ਦੱਸ ਦਿੰਦਾ ਵੀ ਆਪਾਂ ਸਾਰਾ ਕੰਮ ਕਰਦੇ ਹਾਂ। ਏਸੀ 'ਚ ਸਪੈਸ਼ਲਿਸਟ ਹਾਂ, ਕੁਛ ਵੀ ਕਰਵਾ ਸਕਦੇ ਹੋ ਤੁਸੀਂ, ਕੁਛ ਵੀ ਚੀਜ਼ ਏਸੀ, ਆਪਾਂ ਹਰ ਇੱਕ ਚੀਜ਼ ਦਾ ਏਸੀ ਕਰਦੇ ਹਾਂ। ਆਪਣੀ ਵਰਕਸ਼ਾਪ ਹੈ ਪੰਜਾਬ 'ਚ ਡਿਸਟ੍ਰਿਕਟ ਸੰਗਰੂਰ ਸਿਟੀ ਸੁਨਾਮ ਹੈ।